ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਕਸ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੁਖਕਰਨ ਸਿੰਘ ਤੂਰ, ਤੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਡਲਹੌਜ਼ੀ ਦੇ ਵਿੱਚ ਇੱਕ ਨਿਊ ਪ੍ਰੋਪਰਟੀ ਦੇ ਵਿੱਚ, ਜਿਹੜੀ ਕਿ ਬੜੀ ਹੀ ਆਲੀਸ਼ਾਨ ਬਣੀ ਹੋਈ ਆ, ਬਹੁਤ ਸੋਹਣੀ ਬਣੀ ਹੋਈ ਆ, ਤੇ ਆਪਾਂ ਇਹਨੂੰ ਤੁਹਾਨੂੰ ਅੰਦਰੋਂ ਤੇ ਬਾਹਰੋਂ ਸਾਰੀ ਵਿਖਾਵਾਂਗੇ। ਤੇ ਬਾਹਰ ਬੜੀ ਹੀ ਸੋਹਣੀ ਪਾਰਕਿੰਗ ਬਣੀ ਹੋਈ ਆ, ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਹਿਲ ਸਟੇਸ਼ਨ ਦੇ ਵਿੱਚ, ਖਾਸ ਕਰ ਡਲਹੌਜ਼ੀ ਵਰਗੇ ਏਰੀਏ ਦੇ ਵਿੱਚ ਪਾਰਕਿੰਗ ਦਾ ਮਿਲਣਾ ਬਹੁਤ ਹੀ ਮੁਸ਼ਕਲ ਹੋ ਜਾਂਦਾ ਹੈ। ਚਲੋ ਆ ਜਾਓ, ਆਪਾਂ ਕਰਦੇ ਹਾਂ ਐਂਟਰੀ। ਆਪਾਂ ਉੱਪਰ ਥੱਲੇ ਜਾ ਕੇ ਅੱਗੋਂ ਪਿੱਛੋਂ ਸਾਰੀ ਪ੍ਰੋਪਰਟੀ ਵੇਖਦੇ ਹਾਂਗੇ ਤੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ। ਹਾਂ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਪ੍ਰੋਪਰਟੀ ਦਾ ਜਿਹੜਾ ਨਾਮ ਆ ਉਹ ਦੱਸ ਦੇਵਾਂ। ਇਹ ਆਪਾਂ ਪਹੁੰਚੇ ਹੋਏ ਹਾਂ ਸਰੋਵਰ ਪ੍ਰੀਮੀਅਰ ਦੇ ਵਿੱਚ, ਜਿਹੜੀ ਕਿ ਡਲਹੌਜ਼ੀ ਦੇ ਵਿੱਚ ਆ। ਵੈਸੇ ਤੁਸੀਂ ਸਰੋਵਰ ਪਾਰਟੀਕੋ ਦੇ ਕਾਫੀ ਨਾਮ ਸੁਣਿਆ ਹੋਊਗਾ, ਉੱਦਾਂ ਹੀ ਇਹ ਸਰੋਵਰ ਪ੍ਰੀਮੀਅਰ ਆ, ਪ੍ਰੈਸਡੀਅਮ ਵੱਲੋਂ ਆਗਾ। ਅਤੇ ਜੇ ਆਪਾਂ ਗੱਲ ਕਰੀਏ ਤਾਂ ਜਿਹੜੀ ਪ੍ਰੋਪਰਟੀ ਬਹੁਤ ਸੋਹਣੀ ਹੈਗੀ, ਆਪਾਂ ਹੁਣ ਬਿਲਕੁਲ ਟੋਪ ਦੇ ਉੱਤੇ ਹਾਂ ਪ੍ਰੋਪਰਟੀ ਦੇ, ਜਿਹਨੂੰ ਆਪਾਂ ਰੂਫ ਟੋਪ ਵੀ ਕਹਿ ਸਕਦੇ ਹਾਂ, ਜਿੱਥੇ ਕਿ ਈਵਨਿੰਗ ਦੇ ਵਿੱਚ ਕਾਫੀ ਮਹਿਫਲਾਂ ਲੱਗਦੀਆਂ, ਲਾਈਵ ਮਿਊਜ਼ਿਕ ਵੀ ਚੱਲਦਾ ਹੈ। ਫਿਲਹਾਲ ਆਪਾਂ ਤੁਹਾਨੂੰ ਉੱਪਰ ਦਾ ਜਿਹੜਾ ਮਾਹੌਲ ਆ ਉਹ ਸਾਰੇ ਤੋਂ ਜਾਣੂ ਕਰਵਾਉਂਦੇ ਹਾਂਗੇ, ਅਤੇ ਅੰਦਰ ਦੀਆਂ ਜਿਹੜੀਆਂ ਲੌਬੀਆਂ ਉਹ ਵੀ ਤੁਹਾਨੂੰ ਦਿਖਾਉਂਦੇ ਹਾਂ, ਬਾਲਕੋਨੀਆਂ ਦਿਖਾਉਂਦੇ ਹਾਂ। ਉਸ ਤੋਂ ਪਹਿਲਾਂ ਜਿਵੇਂ ਰੈਸਟੋਰੈਂਟ ਏਰੀਆ, ਰੂਫ ਟੋਪ ਏਰੀਆ ਜਾਂ ਜੋ ਵੀ ਬਾਹਰੀ ਉੱਠਣ ਬੈਠਣ ਦੀਆਂ ਜਗ੍ਹਾ ਨੇ, ਜਿਹੜੀਆਂ ਕਿ ਟੂਰਿਸਟ ਦੀਆਂ ਖਿੱਚ ਦੀਆਂ ਪਹਿਲਾਂ ਕਾਰਨ ਬਣਦੀਆਂ ਨੇ, ਉਹ ਪਹਿਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੂੰਗਾ, ਕਿਉਂਕਿ ਹੁਣ ਇੱਥੇ ਰਸ਼ ਵੀ ਹੈ ਨਹੀਂ, ਕਰਾਊਡ ਨਹੀਂ ਗਾ, ਅਤੇ ਇਸ ਕਰਕੇ ਤੁਸੀਂ ਇੱਥੇ ਆਪਾਂ ਨੂੰ ਵੀਡੀਓ ਬਣਾਉਣ 'ਚ ਕੋਈ ਤਕਲੀਫ ਨਹੀਂ ਆਊ, ਪ੍ਰੋਬਲਮ ਨਹੀਂ ਆਊਗੀ, ਅਤੇ ਆਪਾਂ ਉਹਦੇ ਸੋਹਣੇ ਸੋਹਣੇ ਜਿਹੜੇ ਸ਼ੋਟ ਆ ਉਹ ਲੈ ਲੈਂਦੇ ਹਾਂ ਅਤੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਉਹ ਸਾਹਮਣੇ ਜੇ ਆਪਾਂ ਗੱਲ ਕਰੀਏ ਜਿੱਧਰ ਆਪਾਂ ਜਾ ਰਹੇ ਹਾਂ, ਤਾਂ ਇਹਨਾਂ ਨੇ ਸਵੀਮਿੰਗ ਪੂਲ ਬਣਾਇਆ ਹੋਇਆ, ਅਤੇ ਜਿਹੜਾ ਕਿ ਉੱਪਰੋਂ ਇਹਨਾਂ ਨੇ ਇਹਦੇ ਨਾਲ ਗਲਾਸ ਨਾਲ ਕਵਰ ਕੀਤਾ ਹੋਇਆ, ਉੱਪਰੋਂ ਕਾਫੀ ਜ਼ਿਆਦਾ ਜਿਹੜੇ ਪੌਦਿਆਂ ਦੇ ਪੇੜ ਦੇ ਜਿਹੜੇ ਪੱਤੇ ਹੈਗੇ ਉਹ ਡਿੱਗ ਪੈਂਦੇ ਆ ਲੀਵਸ, ਜਿਹਦੇ ਕਰਕੇ ਜਿਹੜਾ ਪੂਲ ਹੈਗਾ ਉਹਦੇ ਜਿਹੜੇ ਫਿਲਟਰਸ ਉਹ ਖਰਾਬ ਹੋ ਜਾਂਦੇ, ਜਿਹਦੇ ਕਰਕੇ ਉਹਨੂੰ ਸੇਵ ਰੱਖਣ ਦੇ ਲਈ ਉਹਨੂੰ ਕਵਰ ਕੀਤਾ ਗਿਆ। ਬਾਹਰ ਦਾ ਜਿਹੜਾ ਮਾਹੌਲ ਆ, ਜਿਹੜੀ ਫੌਗ ਆ, ਉਹ ਤੁਸੀਂ ਵੇਖ ਹੀ ਰਹੇ ਹੋ, ਬਹੁਤ ਹੀ ਸੰਘਣੀ ਫੌਗ ਹੈਗੀ, ਤੇ ਆਪਾਂ ਨੂੰ ਇੱਕ ਛੋਟੀ ਜਿਹੀ ਜਗ੍ਹਾ ਦਿਖੀ ਤੇ ਆਪਾਂ ਕੋਸ਼ਿਸ਼ ਕੀਤੀ ਵੀ ਆਪਾਂ ਜ਼ੂਮ ਦਾ ਫਾਇਦਾ ਚੁੱਕੀਏ ਤੇ ਜਿਹੜੀ ਬਰੀਕ ਜਿਹੀ ਜਗ੍ਹਾ ਦਿਖ ਰਹੀ ਹੈ ਉਹ ਵੇਖੀਏ ਕੀ ਚੀਜ਼ ਆ। ਲਓ ਜੀ ਆਜੋ, ਆਪਾਂ ਹੁਣ ਚੱਲਦੇ ਹਾਂਗੇ ਰੈਸਟੋਰੈਂਟ ਸਾਈਡ ਨੂੰ। ਸਤਿ ਸ੍ਰੀ ਅਕਾਲ ਜੀ। ਲਓ ਜੀ, ਰੈਸਟੋਰੈਂਟ ਦਾ ਝਾਕਾ ਬਾਕਾ ਤੁਹਾਨੂੰ ਆਪਾਂ ਦਿਖਾ ਦਿੰਦੇ ਹਾਂਗੇ ਤੇ ਫਿਰ ਆਪਾਂ ਹਲਕਾ ਫੁਲਕਾ ਕੁਛ ਖਾਂਦੇ ਹਾਂ। ਤੇ ਸਭ ਤੋਂ ਵਧੀਆ ਗੱਲ ਮੈਨੂੰ ਇਹ ਲੱਗੀ ਕਿ ਰੈਸਟੋਰੈਂਟ ਦੇ ਨਾਲ ਇਹਨਾਂ ਨੇ ਰੂਮ ਵਾਂਗੂ ਬਾਲਕੋਨੀ ਵੀ ਦਿੱਤੀ ਹੋਈ ਆ, ਕਿਆ ਬਾਤ ਆ, ਤੇ ਬਾਹਰ ਦਾ ਮਾਹੌਲ ਵੀ ਬਹੁਤ ਸੋਹਣਾ ਹੈ। ਇਹੋ ਜਿਹੇ ਸੋਹਣੇ ਮਾਹੌਲ ਤੇ ਸੋਹਣੇ ਵਿਊ ਦੇਖਣ ਦੇ ਲਈ ਆਪਾਂ ਇੰਨੀ ਦੂਰ ਆਉਂਦੇ ਹਾਂ, ਤੇ ਜੇ ਆਪਾਂ ਨੂੰ ਇਹ ਚੀਜ਼ਾਂ ਸੋਹਣੀਆਂ ਹੀ ਨਾ ਲੱਗਣ ਜਾਂ ਆਪਾਂ ਨੂੰ ਵਿਊ ਨਾ ਮਿਲੇ ਤਾਂ ਫਿਰ ਇੰਨੀ ਦੂਰ ਆਉਣ ਦਾ ਵੀ ਕੋਈ ਫਾਇਦਾ ਨਹੀਂ ਗਾ। ਤੇ ਜੇ ਟੇਬਲ ਸੈਟਿੰਗ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਕੀਤੀ ਹੋਈ ਆ, ਰੋਜ਼ ਆਰਟੀਫਿਸ਼ੀਅਲ ਨੇ ਪਰ ਸੋਹਣੇ ਲੱਗ ਰਹੇ ਨੇ, ਬਫੇ ਸੈਟਿੰਗ ਬਹੁਤ ਵਧੀਆ ਕੀਤੀ ਹੋਈ ਆ। ਜੇ ਆਪਾਂ ਗੱਲ ਕਰੀਏ ਜੂਸ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਏ, ਸੋਹਣੀ ਬਫੇ ਸੈਟਿੰਗ ਆ, ਤੇ ਲਾਈਵ ਵਿਊ ਕਿਚਨ ਵੀ ਸਾਹਮਣੇ ਆਪਣੇ, ਕਿਚਨ ਦਾ ਜਿਹੜਾ ਲਾਈਵ ਵਿਊ ਆ ਉਹ ਆਪਣੇ ਸਾਹਮਣੇ ਆ, ਤੇ ਬੜੀ ਨੀਟ ਐਂਡ ਕਲੀਨ ਕਿਚਨ ਬਣੀ ਹੋਈ ਆ। ਤੇ ਇਸ ਕਾਊਂਟਰ ਤੇ ਲੱਗੇ ਹੋਏ ਆ ਬ੍ਰੈਡਸ, ਜਿਹੜੇ ਬ੍ਰੈਡਸ ਦੇ ਸ਼ੌਕੀਨ ਆ ਉਹ ਇਸ ਕਾਊਂਟਰ ਤੇ ਆ ਕੇ ਮਜ਼ੇ ਲੈ ਸਕਦੇ ਆ। ਤੇ ਲੈ ਵੀ ਹੁਣ ਮੇਰੀ ਵੀ ਵਾਰੀ ਆ ਗਈ ਆ, ਮੈਂ ਵੀ ਥੋੜ੍ਹਾ ਬਹੁਤਾ
ਫੂਡ ਟਰਾਈ ਕਰਦਾ। ਯੈਸ, ਲੈ ਵੀ ਜੇ ਆਪਾਂ ਫੂਡ ਦੀ ਗੱਲ ਕਰੀਏ ਤਾਂ ਫੂਡ 100/100 ਪਾਸ ਹੈਗਾ। ਬਹੁਤ ਸੋਹਣਾ ਫੂਡ ਸੀਗਾ, ਬਹੁਤ ਹੀ ਜ਼ਿਆਦਾ ਸਵਾਦਿਸ਼ਟ ਸੀਗਾ, ਵੇਖਣ ਨੂੰ ਵੀ ਸੋਹਣਾ ਲੱਗਾ ਅਤੇ ਖਾਣ ਨੂੰ ਵੀ ਬਹੁਤ ਵਧੀਆ ਲੱਗਾ। ਅਤੇ ਥੋੜ੍ਹੇ ਬਹੁਤੇ ਬਾਹਰ ਦੇ ਜਿਹੜੀਆਂ ਚੀਜ਼ਾਂ ਉਹ ਵੀ ਆਪਾਂ ਕੈਮਰੇ 'ਚ ਕੈਪਚਰ ਕਰ ਲਈਏ, ਬਹੁਤ ਸੋਹਣੀਆਂ ਲੱਗੀਆਂ ਹੋਈਆਂ ਨੇ, ਬੜੀਆਂ ਆਕਰਸ਼ਿਤ ਨੇ। ਫਿਰ ਆ ਜਾਓ ਆਪਾਂ ਵੱਧਦੇ ਹਾਂ ਹੋਰ ਅੱਗੇ ਨੂੰ, ਅਤੇ ਆਪਾਂ ਤੁਹਾਨੂੰ ਜੇ ਗੱਲ ਕਰੀਏ ਤਾਂ ਬਾਹਰੀ ਵਿਊ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਰਿਸੈਪਸ਼ਨ ਆ ਉਹ ਵਿਖਾਉਣੀ ਭੁੱਲ ਗਏ ਸੀ। ਲਓ ਆਪਾਂ ਰਿਸੈਪਸ਼ਨ ਦਾ ਵੀ ਇੱਕ ਪਿਆਰਾ ਜਿਹਾ ਜਿਹੜਾ ਵਿਊ ਆ ਉਹ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਹਾਂ। ਹੁਣ ਰਿਸੈਪਸ਼ਨ ਦੀ ਗੱਲ ਤੁਰੀ ਆ ਤਾਂ ਹੁਣ ਇੱਥੇ ਗੱਲ ਬੁਕਿੰਗ ਦੇ ਪੈਸਿਆਂ ਦੀ ਜ਼ਰੂਰ ਹੋਊਗੀ ਕਿ ਆਪਾਂ ਇੱਥੇ ਕੀ ਚਾਰਜਿਸ ਆਪਾਂ ਨੂੰ ਪੈਣਗੇ ਅਤੇ ਆਪਾਂ ਕੀ ਚਾਰਜਿਸ ਪੇ ਕਰਕੇ ਇੱਥੇ ਆ ਸਕਦੇ ਹਾਂ। ਲੈ ਵੀ ਆਪਾਂ ਨੂੰ ਤੁਹਾਨੂੰ ਕਲੀਅਰ ਕੱਟ ਦੱਸ ਦਿੰਦੇ ਹਾਂ ਕਿ ਜਿਹੜੇ ਚਾਰਜਿਸ ਆ ਹਰ ਪ੍ਰੋਪਰਟੀ ਦੇ ਉਹ ਅਕੋਰਡਿੰਗ ਟੂ ਵੀਕਡੇਜ਼ ਅਤੇ ਵਰਕਿੰਗ ਡੇਜ਼ ਹੁੰਦੇ ਆ। ਰਸ਼ ਨਾ ਹੋਵੇ ਤਾਂ ਤੁਹਾਨੂੰ ਉਹ ਕਮਰਾ ਜਿਹੜਾ ਇੱਥੇ 6,000 ਦਾ ਮਿਲ ਜੂਗਾ, ਅਤੇ ਜੇ ਰਸ਼ ਹੋਇਆ ਤਾਂ ਉਹੀ ਤੁਹਾਨੂੰ 8,85,00 ਦਾ ਮਿਲੂਗਾ। ਸਾਨੂੰ ਸੁਣਿਆ ਕੋਈ
ਚੰਨੀ ਚਾਨਣੀ ਥੱਲੇ ਬਹਿ ਕੇ ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ ਜਾ ਓ ਮਿਲੇ ਤੇਰੀ ਰੂਹ ਨੂੰ ਸਕੂਨ ਐਸਾ ਕੁਛ ਕਰ ਜਾ ਮਿਲੇ ਤੇਰੀ ਰੂਹ ਨੂੰ ਸਕੂਨ ਐਸਾ ਕੁਛ ਕਰ ਜਾ ਸੋਚਾਂ ਸੰਧੂ ਦੀਆਂ ਇੱਥੇ ਆ ਕੇ ਰਾਰ ਦੀਆਂ ਦੋ ਗੱਲਾਂ ਕਰੀਏ ਦੋ ਗੱਲਾਂ ਕਰੀਏ ਪਿਆਰ ਦੀਆਂ ਅੱਜ ਗੱਲਾਂ ਕਰੀਏ ਸਾਨੂੰ ਸੁਣਿਆ ਨਖਰਾ ਮੇਰਾ ਤੇਰੇ ਬਿਨ ਸਾਨੂੰ ਸੋਹਣਿਆ ਕੋਈ ਹੋ ਨਹੀਂ ਜੇਕਰ ਫੂਡ ਦੀ ਗੱਲ ਕਰੀਏ ਤਾਂ ਫੂਡ ਬੜਾ ਹੀ ਸੋਹਣਾ ਤੇ ਸਵਾਦਿਸ਼ਟ ਆ, ਬੜਾ ਸਵਾਦਿਸ਼ਟ ਫੂਡ ਹੈਗਾ, ਬੜਾ ਵਧੀਆ ਪ੍ਰੈਪਰੇਸ਼ਨ ਕੀਤੀ ਗਈ ਹੈਗੀ ਤੇ ਖਾਸ ਕਰਕੇ ਬਣਾਉਣ ਵਿੱਚ ਬੜਾ ਧਿਆਨ ਰੱਖਿਆ ਗਿਆ ਕਿ ਓਇਲੀ ਵੀ ਨਹੀਂ ਸੀਗਾ। ਲਓ ਜੀ ਆਪਾਂ ਰੂਮ ਦੀ ਐਂਟਰੀ ਕਰਦੇ ਹਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਰੂਮ ਕਿਹੋ ਜਿਹੇ ਬਣੇ ਹੋਏ ਨੇ। ਬੜੇ ਖੁੱਲੇ ਡੁੱਲੇ ਰੂਮ ਆਗੇ, ਬੜੇ ਸਪੇਸੀਅਸ ਹੈਗੇ, ਕਲਰ ਕੋਂਬੀਨੇਸ਼ਨ ਬਹੁਤ ਸੋਹਣਾ ਹੈ ਤੇ ਲਾਈਟਿੰਗ ਵੀ ਖਾਸ ਕਰਕੇ ਬਹੁਤ ਸੋਹਣੀ ਆ। ਤੇ ਹੁਣ ਆਪਾਂ ਬਾਹਰੀ ਵਿਊ ਦੀ ਗੱਲ ਕਰਦੇ ਹਾਂ ਕਿ ਬਾਹਰ ਦਾ ਵਿਊ ਕਿਹੋ ਜਿਹਾ ਹੈ। ਲੈ ਵੀ ਬਾਹਰ ਦਾ ਜਿਹੜਾ ਵਿਊ ਉਹ ਵੀ ਬਾ ਕਮਾਲ ਹੈਗਾ, ਬਹੁਤ ਹੀ ਸੋਹਣਾ ਹੈਗਾ। ਸੋ ਕੁੱਲ ਮਿਲਾ ਕੇ ਜੇ ਆਪਾਂ ਪ੍ਰੋਪਰਟੀ ਦੀ ਗੱਲ ਕਰੀਏ ਤਾਂ ਬਹੁਤ ਸੋਹਣੀ ਬਣੀ ਹੋਈ ਆ। ਬਾਕੀ ਆਪਾਂ ਜੇ ਸਟਾਫ ਦੀ ਗੱਲ ਕਰੀਏ ਤਾਂ ਸਟਾਫ ਵੀ ਬਹੁਤ ਹੀ ਜ਼ਿਆਦਾ ਹੈਲਪਫੁਲ ਆ, ਬੜਾ ਹੀ ਮਦਦਗਾਰ ਹੈਗਾ। ਵਾਸ਼ਰੂਮਸ ਵੀ ਬਹੁਤ ਸੋਹਣੇ ਬਣੇ ਹੋਏ ਆ। ਫੈਨ ਬਹੁਤ ਸੋਹਣਾ ਲੱਗਾ ਹੋਇਆ ਹੈ ਤੇ ਜੇ ਆਪਾਂ ਇਕੱਲੀ ਇਕੱਲੀ ਚੀਜ਼ ਦੀ ਆਪਾਂ ਸਿਫਤ ਕਰੀਏ ਤਾਂ ਬਹੁਤ ਹੀ ਸੋਹਣੀ ਹੈਗੀ। ਤੇ ਇਸੇ ਤਰ੍ਹਾਂ ਹੀ ਆ ਜਾਓ ਆਪਾਂ ਬਾਹਰੀ ਵਿਊ ਝਾਂਕੇ ਬਾਂਕੇ ਵੀ ਲੈਂਦੇ ਹਾਂਗੇ। ਤੇ ਆਪਾਂ ਨਾਲ ਦੀ ਨਾਲ ਤੁਹਾਨੂੰ ਜਾਣ ਤੋਂ ਪਹਿਲਾਂ ਰਿਕੁਐਸਟ ਕਰਦੇ ਹਾਂ ਕਿ ਇਹੋ ਜਿਹੀਆਂ ਬਹੁਤ ਸੋਹਣੀਆਂ ਪ੍ਰੋਪਰਟੀਜ਼ ਆਪਾਂ ਤੁਹਾਡੇ ਲਈ ਜਲਦੀ ਲੈ ਕੇ ਆ ਰਹੇ ਹਾਂ, ਹੋਰ ਵੀ ਆਉਣ ਵਾਲੇ ਬਹੁਤ ਸੋਹਣੇ ਸੋਹਣੇ ਵਲੌਗਸ ਦੇ ਵਿੱਚ। ਤੇ ਕਾਇੰਡਲੀ ਤੁਸੀਂ ਬਣੇ ਰਹੋ, ਜੁੜੇ ਰਹੋ ਤੇ ਤੁਸੀਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ। ਤੇ ਜੇ ਤੁਹਾਨੂੰ ਵੀਡੀਓ ਸੋਹਣੀ ਲੱਗਦੀ ਹੈ ਤਾਂ ਕਾਇੰਡਲੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਤਾਂ ਜੋ ਆਪਣਾ ਹੌਸਲਾ ਅਫਜਾਈ ਹੁੰਦਾ ਰਹੇ। ਮਿਲਦੇ ਹਾਂ ਜਲਦੀ, ਸਤਿ ਸ੍ਰੀ ਅਕਾਲ।